ਤੁਹਾਨੂੰ ਅੱਜ ਰੋਸਤਮ ਦੀ ਆਵਾਜ਼ 'ਚ ਰੋਸਤਮ ਪਹਿਲਵਾਨ ਨਾਲ ਮਿਲਾਉਂਦੇ ਹਾਂ, ਕਰਨ ਢਿੱਲੋਂ ਨਾਲ। ਕਰਨ ਢਿੱਲੋਂ ਜੀ, ਤੁਹਾਡਾ ਸਵਾਗਤ ਹੈ ਰੋਸਤਮ ਦੀ ਆਵਾਜ਼ 'ਚ। ਥੈਂਕ ਯੂ। ਤਾਂ ਕਰਨ ਢਿੱਲੋਂ, ਤੁਸੀਂ ਦੱਸੋ ਤੁਹਾਡਾ ਪਿੰਡ ਕਿਹੜਾ ਪਹਿਲਾਂ ਪਿੱਛੋਂ? ਮੇਰਾ ਪਿੰਡ ਜੀ ਘਗਰਾਣਾ ਵਾ। ਘਗਰਾਣਾ ਮੇਰੇ ਉਸਤਾਦ ਦੇ ਪਿੰਡ ਹੋ ਤੁਸੀਂ, ਜਿੱਦਾਂ ਮੇਰਾ ਮੇਜਰ ਭਲਵਾਨ ਉੱਥੇ ਘਗਰਾਣੇ ਪਿੰਡ ਤੋਂ ਤੁਹਾਡੇ ਨਜ਼ਦੀਕ ਅਖਾੜਾ। ਤੂੰ ਉੱਥੇ ਰੈਸਲਿੰਗ ਕਰਦਾ ਆ ਕਿ ਕੈਨੇਡਾ 'ਚ ਆ ਕੇ ਸ਼ੁਰੂ ਕੀਤੀ? ਨਹੀਂ, ਜਿਵੇਂ ਮੈਨੂੰ ਉਹਦਾ ਚਾਹ ਤਾਂ ਮੈਨੂੰ ਛੋਟੇ ਹੁੰਦੇ ਤੋਂ ਸੀ, ਅਤੇ ਪਰ ਜਿਵੇਂ ਮੈਂ ਕੈਨੇਡਾ ਤੋਂ ਕੈਨੇਡਾ 'ਚ ਜਾ ਕੇ ਭਲਵਾਨੀ ਸ਼ੁਰੂ ਕੀਤੀ ਸੀ। ਹੈ ਤਾਂ ਤੂੰ ਹੁਣ ਵੀ ਛੋਟਾ, ਹੁਣ ਕਿੰਨਾ ਕੁ ਵੱਡਾ ਹੋ ਗਿਆ? ਕਿੰਨੀ ਏਜ ਆ ਤੇਰੀ ਹੁਣ? ਮੇਰੀ 13 ਈਅਰ ਓਲਡ। 13 ਸਾਲ ਦਾ ਹੋ ਗਿਆ ਹੈ ਤਾਂ ਠੀਕ ਹੈ, ਠੀਕ ਹੈ। ਤੂੰ ਇੱਥੇ ਫਿਰ ਕੈਨੇਡਾ 'ਚ ਕਦੋਂ ਆ ਗਿਆ? ਮੈਂ 2017 ਵਿੱਚ ਆ ਗਿਆ ਸੀ। 2017 'ਚ ਫਿਰ ਤੈਨੂੰ ਲੱਗਾ ਵੀ ਤੂੰ ਪਹਿਲਵਾਨੀ ਕਰ ਸਕਦਾ ਇੱਥੇ ਆ ਕੇ? ਫਿਰ ਤੂੰ ਕਲੱਬ ਇਹ ਕਿੱਦਾਂ ਚੁਣੀ, ਰੋਸਤਮ ਕਲੱਬ? ਮੈਂ ਰੋਸਤਮ ਕਲੱਬ ਜਿਵੇਂ ਇਹ ਵੈਬਸਾਈਟ 'ਤੇ ਚੁਣੀ ਸੀ, ਹੈ ਨਾ, ਅਤੇ ਮੈਨੂੰ ਕਾਫੀ ਚਾਹ ਸੀ, ਅਤੇ ਫਿਰ ਹਾਂਜੀ ਮੈਂ ਰੋਸਤਮ ਰੈਸਲਿੰਗ ਕਲੱਬ, ਡੈਡੀ ਨੇ ਮੈਨੂੰ ਲੱਭ ਕੇ ਦਿੱਤੀ ਸੀ, ਫਿਰ ਮੈਂ ਜੁਆਇਨ ਕੀਤੀ। ਕਿਆ ਬਾਤ ਆ ਪਹਿਲਵਾਨ, ਸਾਨੂੰ ਤੇਰੇ 'ਤੇ ਬਹੁਤ ਫਖਰ ਆ। ਤਾਂ ਇਹਦੇ ਤੋਂ ਬਹੁਤ ਗੱਲਾਂ ਆਪਾਂ ਸੁਣੀਆਂ, ਇਹ ਸਾਡਾ ਛੋਟਾ ਚੈਂਪੀਅਨ ਆ। ਤਾਂ ਬਹੁਤ ਪਹਿਲਵਾਨ ਜੀ, ਜਦੋਂ ਤੁਸੀਂ ਕਲੱਬ 'ਚ ਵੀ ਜਦੋਂ ਘੁਲਦੇ ਹਾਂ ਤੁਹਾਡੀਆਂ, ਆਪਾਂ ਮੰਡੇ ਨਾਈਟ ਕਰਾਉਂਦੇ ਹਾਂ ਘੋਲਾਂ, ਤੂੰ ਸਾਰਿਆਂ ਨਾਲ ਟੌਪ ਰਹਿੰਦਾ, ਕੀ ਕਾਰਨ ਆ ਕਿ ਉਹਦੇ ਵਿੱਚ ਤੂੰ ਕਿੰਨੀ ਕੁ ਮਿਹਨਤ ਲਾਉਂਦਾ ਅੱਜ ਕੱਲ੍ਹ? ਮਿਹਨਤ ਜਿਵੇਂ ਅੱਜ ਕੱਲ੍ਹ ਦਿਨੋਂ ਵੀ ਜਾਂ ਆਪਾਂ ਟਫ ਹੋ ਜਾਂਦੀ ਹੈ ਦਿਨੋਂ ਦਿਨੋਂ ਮਿਹਨਤ, ਹੈ ਨਾ, ਅਤੇ ਇੱਕ ਤਾਂ ਮੈਂ ਜੇ ਫਾਸਟ ਚੱਲਦਾ ਅਤੇ ਜਿਵੇਂ ਖੁਰਾਕ ਵਧੀਆ ਖਾਈਦੀ ਹੈ, ਫਿਰ ਰਿਜ਼ਲਟ ਆਪ ਹੀ ਆਉਂਦੇ ਨੇ, ਵਧੀਆ ਆਉਂਦੇ ਹਨ। ਖੁਰਾਕ 'ਚ ਕੀ ਖਾ ਰਹੇ ਹੋ ਤੁਸੀਂ ਅੱਜ? ਖੁਰਾਕ 'ਚ ਮੈਂ ਜਿਵੇਂ ਸਬਜ਼ੀ ਖਾ ਲਈਦੇ ਨੇ, ਦੁੱਧ 'ਚ ਘਿਓ ਪਾ ਕੇ ਪੀ ਲਈਦਾ। ਕਿਆ ਬਾਤ ਹੈ, ਕਿਆ ਬਾਤ ਹੈ ਪਹਿਲਵਾਨ ਜੀ। ਜ਼ਿਆਦਾ ਫਿਰ ਤੁਸੀਂ ਮੀਟ ਜਿਹੜਾ ਉਹ ਜ਼ਿਆਦਾ ਉਹ ਨਹੀਂ ਯੂਜ ਕਰਦੇ, ਤੁਸੀਂ ਵੈਜੀਟੇਰੀਅਨ ਹੀ ਹੈ? ਹਾਂਜੀ ਵੈਜੀਟੇਰੀਅਨ ਹੀ ਖਾ ਰਹੇ ਹੈ। ਹਾਂਜੀ ਮੀਟ ਨਹੀਂ ਕਦੇ ਜਿਵੇਂ। ਵੈਜੀਟੇਰੀਅਨ 'ਚ ਤੁਹਾਨੂੰ ਇਹ ਤਾਂ ਵੀ ਸਾਰਾ ਸਰ ਜਾਂਦਾ ਇੱਦਾਂ ਵੀ ਪਹਿਲਵਾਨ ਤਾਂ ਕਹਿੰਦੇ ਮੀਟ ਖਾਇਆ ਕਰੋ ਜੀ, ਇੱਦਾਂ ਸ਼੍ਰੀ ਖਰੋੜੇ ਖਾਓ ਗਈ ਉਹਨਾਂ ਦੇ ਘਰ ਦੇ ਦੱਸਦੇ ਆ ਜੇ ਤੇਰੇ ਡੈਡੀ ਨੂੰ ਸ਼ੌਂਕ ਆ। ਤੈਨੂੰ ਕੋਈ ਇੱਦਾਂ ਦਾ ਪੁੱਛ ਨਹੀਂ ਕੀਤਾ ਉਹਨਾਂ ਨੇ ਕਦੇ ਇੱਦਾਂ ਦੀਆਂ ਚੀਜ਼ਾਂ ਖਾ? ਮੈਂ ਤਾਂ ਜਿਵੇਂ ਨੋਰਮਲ ਜੋ ਘਰੇ ਬਣਦਾ ਫਿਰ ਮੈਂ ਖਾ ਲੈਂਦਾ ਹੁਣ। ਠੀਕ ਹੈ, ਕਿਆ ਬਾਤਾਂ ਪਹਿਲਵਾਨ ਜੀ। ਅਤੇ ਜਦੋਂ ਤੁਸੀਂ 2 ਟਾਈਮ ਆਉਂਦੇ ਆ ਤੈਨੂੰ ਔਖਾ ਨਹੀਂ ਲੱਗਦਾ? ਤੂੰ ਸਵੇਰੇ 5 ਵਜੇ ਇੱਥੇ ਆ ਕੇ ਆ ਜਾਂਦਾ, ਤੂੰ ਤੈਨੂੰ ਕਿੰਨੇ ਘੰਟੇ ਸਵੇਰੇ ਮਿਹਨਤ ਲਾਉਂਦਾ, ਕਿੰਨੇ ਸ਼ਾਮੀ ਲਾਉਂਦਾ ਤੂੰ? ਜਿਵੇਂ ਮੈਨੂੰ ਪਹਿਲਾਂ ਬਹੁਤ ਔਖਾ ਹੁੰਦਾ ਸੀ, ਅਤੇ ਸਵੇਰੇ ਮੇਰੀ 5 to 7 ਲੱਗਦੀ ਹੈ, 2 ਘੰਟੇ ਦੀ। ਕਿਆ ਬਾਤ! ਅਤੇ ਫਿਰ ਸ਼ਾਮ ਨੂੰ ਮੈਂ ਉਹਨਾਂ ਨੂੰ 4 to 6 o'clock ਤੱਕ ਲੱਗਦੀ ਹੈ ਮੇਰੀ। ਕਿਆ ਬਾਤ ਹੈ ਪਹਿਲਵਾਨ, ਇੰਨੀ ਮਿਹਨਤ ਲਾ ਕੇ ਤੂੰ ਥੱਕਦਾ ਨਹੀਂ ਹੈਗਾ ਜਿੰਨਾ? ਨਹੀਂ ਜੀ, ਪਹਿਲਾਂ ਜਿਵੇਂ ਬਹੁਤ ਥੱਕਦਾ ਸੀ, ਹੈ ਨਾ, ਫਿਰ ਜਿਵੇਂ ਥੱਕਣ ਲੱਗ ਗਏ, ਫਿਰ ਜ਼ਿਆਦਾ ਭੁੱਖ ਲੱਗਣ ਲੱਗ ਗਈ, ਹੈ ਨਾ, ਫਿਰ ਡਾਇਟ ਵਧੀ ਗਈ, ਫਿਰ ਉਵੇਂ ਹੋ ਗਿਆ ਯੂਜ਼ ਟੂ। ਤਾਂ ਪਹਿਲਵਾਨ ਕਿੱਦਾਂ ਤੂੰ ਸੋਚਿਆ ਵੀ ਤੂੰ ਇਹ ਜਿਹੜਾ BC 'ਚ ਚੈਂਪੀਅਨ ਬਣਿਆ, ਰਿਕਾਰਡ ਰੱਖਤਾ ਤੂੰ, ਤੈਨੂੰ ਸਾਰੇ ਜਿੱਦਾਂ 8ਵੀਂ ਕਲਾਸ ਵਾਲਾ ਤੂੰ 12ਵੀਂ ਕਲਾਸ ਵਾਲਿਆਂ 'ਤੇ ਸਾਰਿਆਂ ਨੂੰ ਜਿੱਤਿਆ, ਤਾਂ ਇਹਦੇ ਲਈ ਤੂੰ ਕਿੰਨੀ ਕੁ ਮਿਹਨਤ ਲਾਉਂਦਾ, ਜਿੱਦਾਂ ਉਹਦੇ ਲਈ ਕਿਹੜੇ ਡੰਡ ਲਾ ਰਿਹਾ, ਕਿੰਨੇ ਕਿੰਨੇ ਲਾ ਰਿਹਾ? ਡੰਡ ਤਾਂ ਜੀ ਮੈਂ ਹਰ ਰੋਜ਼ 500 ਲਾਈਦਾ ਹੁੰਦਾ ਡੰਡ, ਹੈ, ਅਤੇ ਬੈਠ ਕੇ ਵੀ ਆਪਾਂ 500 ਲਾਈ ਦੇ ਦਿੰਦੇ। ਕਿਆ ਬਾਤ, ਕਿਆ ਬਾਤ ਹੈ ਪਹਿਲਵਾਨ। ਤਾਂ ਆਪਣੇ ਤੂੰ ਇੰਨੀ ਮਿਹਨਤ ਲਾ ਕੇ ਤੈਨੂੰ ਕੀ ਲੱਗਦਾ ਵੀ ਤੂੰ ਜਿਹੜਾ ਤੇਰਾ ਗੋਲ ਹੈ ਅੱਜ ਕੱਲ੍ਹ ਕੀ ਆ, ਵੀ ਤੂੰ ਕਿੱਥੇ ਤੱਕ ਪਹੁੰਚਣਾ ਚਾਹੁੰਦਾ? ਮੇਰਾ ਗੋਲ ਤਾਂ ਜਿਵੇਂ ਜੀ ਓਲੰਪਿਕ ਤੱਕ ਗੋਲਡ ਮੈਡਲ। ਕਿਆ ਬਾਤ ਹੈ, ਕਿਆ ਬਾਤ ਹੈ ਪਹਿਲਵਾਨ। ਤੈਨੂੰ ਕੋਈ ਪੜ੍ਹਾਈ ਨੂੰ ਤਾਂ ਨਹੀਂ ਫਰਕ ਪੈ ਰਿਹਾ, ਜਿੱਦਾਂ ਤੂੰ ਪੜ੍ਹਦਾ ਵੀ ਗੋਡਿਆਂ ਪੜ੍ਹਨ ਨੂੰ? ਨਹੀਂ ਜੀ, ਪੜ੍ਹਾਈ ਦਾ ਕੋਈ ਨਹੀਂ ਫਰਕ ਪੈਂਦਾ, ਸਕੂਲੇ ਜਾਈਦਾ ਅਤੇ ਫਿਰ ਪਹਿਲਾਂ ਮਿਹਨਤ ਲਾ ਕੇ ਫਿਰ ਘਰੇ ਪੜ੍ਹ ਲਈਦਾ। ਠੀਕ ਹੈ, ਤੈਨੂੰ ਕੁਛ ਕਲੱਬ 'ਚੋਂ ਇੱਥੋਂ ਸਿੱਖਣ ਲਈ ਕੀ ਚੀਜ਼ ਮਿਲੀ ਆ ਵੀ ਇੱਥੇ ਤੈਨੂੰ ਔਖਾ ਤਾਂ ਨਹੀਂ ਲੱਗਿਆ? ਕੋਈ ਡਿਸਿਪਲਿਨ ਲਈ ਜਾਂ ਤੈਨੂੰ ਕੋਈ ਕਮੀ ਲੱਗਦੀ ਹੈ ਇਸ ਕਲੱਬ 'ਚ ਜਿੱਦਾਂ? ਨਹੀਂ ਜੀ, ਉਸ ਤੋਂ ਮੈਸਿੰਗ ਕਲੱਬ ਬਹੁਤ ਵਧੀਆ ਅਤੇ ਮੈਨੂੰ ਕੋਈ ਕਮੀ ਨਹੀਂ ਮਿਲੀ, ਅਤੇ ਸਮੇਂ ਦੇ ਮੈਨੂੰ ਰਿਜ਼ਲਟ ਮਿਲਦੇ ਨੇ ਇੰਨਾ ਵਧੀਆ। ਕਿਆ ਬਾਤ ਹੈ, ਕਿਆ ਬਾਤ ਹੈ ਪਹਿਲਵਾਨ। ਮਾਂ ਪਿਓ ਨੂੰ ਤੈਨੂੰ ਕੋਈ ਇੱਦਾਂ ਦੀ ਉਹਨਾਂ ਵੱਲੋਂ ਸ਼ਿਕਾਇਤ ਆ ਵੀ ਕਲੱਬ 'ਚ ਜਾਂ ਕੋਈ ਤੂੰ ਭੇਜ ਰਿਹਾ ਛੋਟਾ ਜਿਹਾ ਤੂੰ ਹੈਗਾ, ਵੀ ਤੈਨੂੰ ਕੋਈ ਇੱਦਾਂ ਦੀ ਕੋਈ ਸ਼ਿਕਾਇਤ ਨਹੀਂ? ਨਹੀਂ ਜੀ, ਕੋਈ ਸ਼ਿਕਾਇਤ ਨਹੀਂ। ਕਿਆ ਬਾਤ ਹੈ ਪਹਿਲਵਾਨ ਜੀ, ਪਾਠ ਵੀ ਕਰਦੇ ਆ ਤੁਸੀਂ ਜਿੱਦਾਂ? ਹਾਂਜੀ, ਪਾਠ ਵੀ ਕਰ ਲਈਦਾ ਹੁੰਦਾ। ਠੀਕ ਹੈ, ਰੋਜ਼ ਕਰ ਰਿਹਾ? ਹਾਂਜੀ, ਹਰ ਰੋਜ਼ ਕਰੀਦਾ ਹੁੰਦਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਤੈਨੂੰ ਜਿਹੜੀ ਇਹ ਸਿੱਖਿਆ ਤੁਹਾਡੇ ਘਰ 'ਚ ਜਿਹੜੇ ਬਜ਼ੁਰਗ ਕੋਈ ਕਰ ਰਹੇ ਆ ਪਾਠ, ਤੈਨੂੰ ਆਪਣੇ ਆਪ ਲੱਗਦਾ ਕਿ ਤੂੰ ਸੱਟ ਚੋਟ ਤੋਂ ਬਚਣ ਲਈ ਕਰ ਰਿਹਾ ਜਿੱਦਾਂ? ਨਹੀਂ, ਉੱਧਰ ਜਿਵੇਂ ਰੱਬ ਦਾ ਨਾਮ ਲੈਣਾ ਚਾਹੀਦਾ ਸਾਰੇ ਨੂੰ, ਹੈ ਨਾ, ਅਤੇ ਉੱਦਾਂ ਘਰੇ ਵੀ ਜਿਵੇਂ ਸਾਰੇ ਕਰਦੇ ਹੁੰਦੇ ਨੇ, ਫਿਰ ਮੈਂ ਦੇਖ ਕੇ ਲੱਗਿਆ ਲੱਗ ਗਿਆ, ਬਸ ਹੁਣ ਤਾਂ ਰੱਬ ਨੂੰ ਇਹੀ ਬੇਨਤੀ ਹੈ ਨਾ, ਵਧੀਆ ਭਲਵਾਨ ਬਣਾ ਅਤੇ 60 ਫੀਟ ਤੋਂ ਬਚਾਵੇ। ਕਿਆ ਬਾਤ ਹੈ ਪਹਿਲਵਾਨ, ਤੂੰ ਇੱਥੇ ਹੁਣ ਇੰਨੀ ਮਿਹਨਤ ਲਾਉਂਦਾ ਪਹਿਲਵਾਨ ਕਿ ਕਦੇ ਕਿਸੇ ਦਾ ਸੋਚਿਆ ਨਹੀਂ ਮੈਂ ਸਕੂਲ 'ਚ ਵੀ ਜਾ ਕੇ ਨਿਆਣੇ ਕੁੱਟਾਂ ਜਾਂ ਕਿੱਦਾਂ, ਕਦੇ ਤੇਰੀ ਇੱਦਾਂ ਦੀ ਸ਼ਿਕਾਇਤ ਕੋਈ ਆਈ ਆ? ਨਹੀਂ ਜੀ, ਸ਼ਿਕਾਇਤ ਨਹੀਂ ਆਈ ਕਦੇ। ਕਿਆ ਬਾਤ ਹੈ, ਅਤੇ ਮੈਂ ਸੋਚਿਆ ਵੀ ਜਿਵੇਂ ਜਵਾਕ ਜਿਵੇਂ ਕੁੱਟਣ ਦਾ ਰਹੀ, ਜਿਵੇਂ ਮੈਂ ਸਾਰਿਆਂ ਨਾਲ ਬਣਾ ਕੇ ਰੱਖਦਾ ਫਰੈਂਡਸ਼ਿਪ, ਮੇਰੀ ਸਾਰਿਆਂ ਨਾਲ ਹੀ ਆ।
क्या बात है पहलवान, नहीं तो मैं क्या जोश खा लिया कितने कितने उत्थे स्कूल च जाके वे तू बच्चे ही कुटन लग पा। तो बहुत गुड गल है पहलवान तेरा, जेड़ा तू जेड़ा सुपना तेरा तू ओलंपिक तीन जाना वो जी तू अजकल जी होर की वो कर रहा जिदा। जिम्मे मैं मेहनत भी होर बधाती ते खुराक भी जिम्मे हम बधाती ते हम मैं जिम्मे फास्ट भी बहुत चलता रही ते हम मैं जे में थिंकिंग रही हम मैं जिम्मे गोल्ड लिया होना मैं ये थिंकिंग का क्या बात जो है, क्या जिम्मे जो तुझे सोचोगे होगा एकदम। क्या बात है पहलवान। रोस्तम की आवाज चाहे जी आप बहुत पहलवान ना गल्ला करनिया। पहलवान जी थोड़े कुश्ती तो बगैर होर जेडे केड़े शौक है? मैं जी टीवी देख लेना ते फिर गेम खेल लेनी है क्या बात ते है, टाइम से रेस्ट कर लेनी है। नहीं ठीक है। तो डैडी गुस्से तो नहीं होंगे जो गेम खेलते हैं? जी जिम्मे मैं स्केड्यूल बना है करे कितना टाइम गेम खेलनी है। क्या बात है, क्या बात है। तेन कदे गुस्सा केड़ी चीज तो आता पहलवान? मैं गुस्सा मैं कई बार पेरेंट्स जी मैं पुश कर देने खान नू खान नू पुश कर दे। हाँ वो जी केड़ियां इदां दियां खुराकां जिहड़ियां? आलू दा मुरब्बा हाँ हाँ गाजर दा मुरब्बा। क्या ओ बात जी है, ये बड़ियां खुराकां है पहलवान दियां। मतलब तेरे डैडी बहुत भुलाना ना रहे हो लगते हैं जिहड़ियां ये, क्योंकि तुहाडे इलाके च पहलवान अखाड़ा मेजर भुलवान दा आ। तो घगराने पिंड च मतलब उत्थों सिखियो आ तेरे डैडी। तो तेनों उहदे विच औखा की लगता, कि तेनों स्वाद नहीं लगते जिदा? जी जी मैं स्वाद नहीं लाते हैं हो रही दे लाते हैं पर ठीक है ना। फिर तेनू तेनू कोई परफॉर्मेंस च नहीं फर्क या वाधा लगा या कोई? नहीं जी फर्क बहुत पे जी मैं अगे ना जान भी बड़ी हुई है। क्या बात है, क्या बात है। तो थकदा जा ये इंडिया का जेडे भलवान तो खाते भी उन्हें मेदा ठंडा रवे मेहनत ज्यादा लाते हैं। तो तेनू तेरे डैडी ने कोई इदा दिया भी गल्ला दसिया वे कली कहना भी खाना पैना इदा क्या? नहीं डैडी कहते कल खाना पैना तेन दसिया नहीं वो बारे है कुछ? नहीं कदे। ठीक है, ठीक है पहलवान। तो तेनू तेरे लिए वधिया युद्धा कर रहा है तेरे डैडी, गुड खुराकां है पुराने भलवाना दी आ। तू बहुत उपर ते जाना पहलवान, तू होर की जेडे बच्चे जेडे देख रहे अज तेनू इंटरव्यू तेरी सुन रहे हैं न्याणे, उन्हां लई की कहना चाहुंदा तू बच्चां लई? मैं बस बाहर नहीं कहना चाहूंगा दो तीन शब्द ही कहना चाहूंगा मेहनत मेहनत करो ते अपने पेरेंट्स की इज्जत करो। क्या बात है। जो मैंने रोस्तम रेसिंग क्लब ने बहुत जिम्मे इज्जत सगाई पेरेंट्स के पैरी हाथ लाने क्या बात है कोच सा कहना कहना क्या बात मनना है, क्या बात है पहलवान। तो मैं तो तुहानू जिहड़े पहलवान ने रोस्तम जिहड़ा ये पहलवान एक दिन जरूर बनू। देखो ये निक्के हुंदे दे गोल है जिहड़े एडे वड्डे ओलंपिक, इन्हें बीसी च रैकेट रखा पहलवान। तेनों जिदा उतो सारे बधाइया दे रहे थे, तू पहला न्याणा सी जिहड़ा अठवीं क्लास च सारे ना छोटा जिदा, तू जिहड़े ग्यारहवीं बारहवीं वाले भी जिते आ, तेनों उदो अपने आप नूं फकर महसूस होया कि तेनों हंकार पैदा होया तेरे च? नहीं जिवें मेरे उपर जिवें मैनूं वधिया लगे जब मैं जिते रही मेरे कॉन्फिडेंट आया मैं हुण होर भी वधिया करूँगा ते फिर मेरी जिवें जे सोच सी ना हुण अगे तक होर चलेगी। क्या बात है, क्या बात है पहलवान। तू गोडिया तेनों इदा ही तुम बच्चे जेडे सुनते हैं देखो निके निके बच्चों ने इन्हें हम बीसी चैंपियन बनया है, यदा गोल ओलंपिक का सुपना आ। तुम भी अपने बच्चों क्लबा च लैके जाओ जी जी क्लब कितने नेड़े आ थानू जी मर्जी गेम च, ये अपनी रोस्तम क्लब च ये बच्चा कर रहा रैसलिंग, इन्हें इन्ने वधिया संस्कार सीखे आ, तुम भी अपने बच्चे लैके आओ। तो थोड़ा बहुत बहुत धन्यवाद पहलवान जी, तो थैंक यू। रोस्तम दियां जिहड़ियां जिहड़े साडे जिहड़े बड़े रोस्तम होए आ इहनां बारे दो शब्द कहोगे जसी सुखता? हाँ असीं आखण ते बहुत प्राउड आ, सानूं बहुत माण आ पहली वारी साडे क्लब दे हिस्टरी विच अठवीं आ तो आन प्रोविंसल चैंपियनशिप जित्तिया, उहदा मतलब आ अठारवीं एज तक इहने लड़ाई कीती ते छोटी जी उम्र च 13 ईयर एज विच 13 सालां दे विच इहने गोल्ड मैडल जितया। सानू इन्नी उम्मीद नहीं सी पर साडी उम्मीद तो भी वध हो गया ते असीं नूं शाबाश दिंदे आ ते आने वाले साल 4-5 होर गोल्ड मैडल आने चाहिए। ठीक है।